ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸਾਹਿਬ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੰਨੂ ਸਾਹਿਬ ਦਾ ਪੰਨੂ ਸਾਹਿਬ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਜੀ ਸ਼ੁਕਰੀਆ ਪੰਨੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਆ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੱਲ ਦੁਪਹਿਰੇ ਇੱਕ ਘਟਨਾ ਵਾਪਰਦੀ ਹੈ ਇੱਕ ਸਰਬਜੀਤ ਸਿੰਘ ਨਾਮ ਦਾ ਜਿਹੜਾ ਆਟੋ ਡਰਾਈਵਰ ਹੈ ਉਹਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਰਾਤ ਤੱਕ ਦਿੱਲੀ ਦੀਆਂ ਸਿੱਖ ਜਥੇਬੰਦੀਆਂ ਇੱਕ ਥਾਣੇ ਦੇ ਮੂਹਰੇ ਇਕੱਠੀਆਂ ਹੋ ਜਾਂਦੀਆਂ ਕੀ ਘਟਨਾ ਜੀ ਉਹ ਦੇਖੋ ਬੇਟਾ ਜੀ ਇਹ ਜੋ ਕੁਝ ਦਿੱਲੀ ਚ ਹੋਇਆ ਗਲਤ ਹੈ ਸੜਕਾਂ ਤੇ ਜਾਂਦਿਆਂ ਸਾਡੀਆਂ ਗੱਡੀਆਂ ਕਈਆਂ ਨਾਲ ਖਹਿ ਜਾਂਦੀਆਂ ਤੇ ਕਈਆਂ ਦੀਆਂ ਗੱਡੀਆਂ ਸਾਡੇ ਨਾਲ ਖਹਿ ਜਾਂਦੀਆਂ ਜੀ ਰਿਕਸ਼ੇ ਵਾਲਾ ਵੀ ਖਹਿ ਜਾਂਦਾ ਜਿਹੜੇ ਬੇਵਕੂਫ ਨੇ ਉਹ ਨਿੱਕੀ-ਮੋਟੀ ਗੱਲ ਤੋਂ ਮਰਨ ਬਾਰਨ ਤੱਕ ਵੀ ਚੱਲ ਜਾਂਦੇ ਆ ਜੀ ਪਰ ਆਮ ਤੌਰ ਤੇ ਸਾਰੇ ਲੋਕ ਜਿਹੜੇ ਉਹ ਬਰਦਾਸ਼ਤ ਕਰ ਜਾਂਦੇ ਆ ਮੈਂ ਇਹ ਸਮਝਦਾ ਕਿ ਇਸ ਵੇਲੇ ਦਿੱਲੀ ਚ ਜਿੰਨਾ ਟ੍ਰੈਫਿਕ ਜੀ ਉੱਥੇ ਹਰ ਕੋਈ ਖੜਿਆ ਪਿਆ ਤੇ ਜੇ ਹਰ ਕੋਈ ਖੜਿਆ ਪਿਆ ਪੁਲਿਸ ਤਾਂ ਹਰ ਕੋਈ ਦੇ ਵਿੱਚ ਨਹੀਂ ਆਉਂਦੀ ਜੀ ਪੁਲਿਸ ਤਾਂ ਅਮਨ ਕਾਨੂੰਨ ਲਾਗੂ ਕਰਨ ਵਾਲੀ ਫੋਰਸ ਹਨ ਜੀ ਇਹਦੇ ਅਫਸਰਾਂ ਦੀ ਅਕਲ ਤਾਂ ਟਿਕਾਣੇ ਰਹਿਣੀ ਚਾਹੀਦੀ ਹੁਣ ਇਹ ਨਹੀਂ ਪਤਾ ਕਿ ਉੱਥੇ ਗੱਡੀ ਕਹਿੰਦੇ ਆ ਖਹਿ ਗਈ ਐਮਰਜੈਂਸੀ ਰਿਸਪੌਂਸ ਵਹੀਕਲ ਦੇ ਨਾਲ ਉਦੇ ਚ ਕਸੂਰ ਆਟੋ ਡਰਾਈਵਰ ਦਾ ਸੀ ਕਿ ਪੁਲਿਸ ਦਾ ਅਜੇ ਤੱਕ ਸਪਸ਼ਟ ਨਹੀਂ ਹੋਇਆ ਖੈਰੀ ਤੇ ਖੈਗੀ ਇਹ ਉਤਰ ਕਿ ਉਹਨੂੰ ਕਹਿੰਦੇ ਸੌਰੀ ਲੱਗ ਗਈ ਆ ਉਹ ਸੁਧਾਰਨ ਆਦਮੀ ਸੀ ਜੀ ਇਹਨਾਂ ਦੇ ਮੋੜਿਆਂ ਦੇ ਉੱਤੇ ਪੁਲਿਸ ਦੀ ਵਰਦੀ ਆ ਤਾਰੇ ਲੱਗੇ ਆ ਫੀਤੀਆਂ ਲੱਗੀਆਂ ਨੇ ਇਹਨਾਂ ਸਿਰ ਜ਼ਿੰਮੇਵਾਰੀ ਗੱਡੀਆਂ ਦੀ ਇਨਸ਼ੋਰੈਂਸ ਹੁੰਦੀ ਆ ਉੱਥੋਂ ਕਲੇਮ ਲਿਆ ਜਾ ਸਕਦਾ ਪਰ ਇਹ ਪੁਲਸੀ ਆਪਨ ਤੇ ਉਤਰ ਆ ਉਸ ਬੰਦੇ ਨੇ ਵੇਖਿਆ ਜਿਆਤੀ ਕਰਦੇ ਉਹਨੇ ਫੋਨ ਕਰਕੇ ਆਪਣੇ ਮਦਦਗਾਰ ਸਦਨੇ ਸ਼ੁਰੂ ਕਰਤੇ ਇਹ ਕਹਿੰਦੇ ਉਹਨੇ ਹੰਗਾਮਾ ਕੀਤਾ ਪਰ ਜਿੰਨੀਆਂ ਵੀਡੀਓ ਸਾਹਮਣੇ ਆਉਂਦੀਆਂ ਉਹਨਾਂ ਵਿੱਚ ਇਹ ਦਿਸਦਾ ਕਿ ਉਹ ਹੰਗਾਮਾ ਬਾਅਦ ਚ ਕਰਦਾ ਪਹਿਲਾਂ ਇਹ ਇਕੱਠੇ ਹੋ ਕੇ ਉਹਦੇ ਗਲ ਪੈਂਦੇ ਜਦੋਂ ਬੰਦੇ ਨੂੰ ਨੱਥੇ ਨੂੰ ਘੇਰ ਕੇ ਤੇ ਹਰ ਕੋਈ ਜੜਾ ਵੇ ਠੋਕਣੀਆਂ ਸ਼ੁਰੂ ਕਰ ਦੇਵੇ ਤੇ ਫਿਰ ਮਰਦਾ ਕੀ ਨਹੀਂ ਕਰਦਾ ਉਹਨੇ ਵੀ ਕੁਝ ਕੀਤਾ ਹੋਵੇਗਾ ਉਹਦੇ ਤੋਂ ਬਾਅਦ ਉਸ ਬੰਦੇ ਨੂੰ ਕੁੱਟਣ ਵਾਸਤੇ ਨਾਲ ਲੱਗਦੇ ਥਾਣੇ ਚ ਹੋਰ ਫੋਰਸ ਫੋਰਸ ਸੱਦੀ ਗਈ। ਸਾਰਿਆਂ ਨੇ ਸੜਕ ਤੇ ਲੰਮਾ ਪਾ ਕੇ ਕੁੱਟਿਆ, ਧੋਇਆ, ਘੜੀਸਿਆ। ਪਲ ਪੱਗ ਲਈ ਗਈ। ਔਰ ਉਹਨੂੰ ਚੁੱਕ ਕੇ ਨਹੀਂ ਘੜੀਸ-ਘੜੀਸ ਕੇ ਥਾਣੇ ਦੇ ਅੰਦਰ ਤੱਕ ਲਿਜਾਇਆ ਗਿਆ। ਉਹਦੇ ਨਾਲ ਲੜਕਾ ਨਵਾਲਗ, ਸ਼ਾਇਦ ਉਹਦਾ ਪੁੱਤਰ ਹੈ। ਜੀ। ਸਰਵਜੀਤ ਦਾ ਬੇਟਾ ਜੀ। ਉਸ ਨਵਾਲਗ ਲੜਕੇ ਨੂੰ ਜੈਂਪੂ ਦੇ ਵਿੱਚੋਂ ਧੂਕੇ ਕੱਢਿਆ ਗਿਆ ਉਹ ਅੱਗੋ ਤਰਲੇ ਕੱਢਦਾ ਉਹਨੂੰ ਸੜਕ ਤੇ ਲੰਮਾ ਪਾ ਕੇ ਉਹਨੂੰ ਕੁੱਟਿਆ ਗਿਆ ਔਰ ਸੜਕ ਤੇ ਘਸੀਟਿਆ ਗਿਆ ਇੱਕ ਬੱਚੇ ਨੂੰ ਸੜਕ ਤੇ ਘਸੀਟਣਾ ਉਹ ਸਿੱਖ ਬੱਚਾ ਹੋਵੇ ਕੋਈ ਬੱਚਾ ਹੋਵੇ ਸੜਕ ਤੇ ਘਸੀਟਣਾ ਉਹਨੂੰ ਦਿੱਲੀ ਦੇ ਵਿੱਚ ਬੱਚਿਆਂ ਬਾਰੇ ਕੌਮੀ ਕਮਿਸ਼ਨ ਹੈਗਾ ਕਿ ਨਹੀਂ ਹੈਗਾ ਜਿਹੜਾ ਬਾਕੀ ਥਾਵਾਂ ਦੇ ਉੱਤੇ ਕਾਨੂੰਨ ਲਾਗੂ ਹੁੰਦੇ ਪੁਲਿਸ ਵਾਲਾਂ ਤੇ ਕਿਉਂ ਨਹੀਂ ਲਾਗੂ ਹੁੰਦੇ ਇਹਨਾਂ ਨੂੰ ਇਸ ਬੁਰਸ਼ਾਗਰਦੀ ਦਾ ਲਾਇਸੈਂਸ ਕਿਵੇਂ ਦੇ ਦਿੱਤਾ ਕਿਹਨੇ ਦਿੱਤਾ ਫਿਰ ਅਗਲੀ ਗੱਲ ਪੁਲਿਸ ਵਾਲਾ ਨੂੰ ਜਦੋਂ ਪੜਾਇਆ ਜਾਂਦਾ ਇਹਨਾਂ ਦੀ ਟ੍ਰੇਨਿੰਗ ਵਿੱਚ ਇਹ ਹੈ ਔਰ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਯਮਾਂ ਉਹਨਾਂ ਮੁਤਾਬਕ ਵੀ ਹੈ ਕਿ ਐਕਸੈਸਿਵ ਯੂਜ਼ ਆਫ ਪਾਵਰ ਨਹੀਂ ਚਾਹੀਦੀ ਇਹਨਾਂ ਨੇ ਕੀ ਕੀਤਾ ਜਦੋਂ ਬੰਦਾ ਇਹਨੇ ਘੇਰੇ ਚ ਆ ਗਿਆ ਡਿੱਗਾ ਪਿਆ ਜੋ ਇੱਕ ਤੋਂ ਕਾਬੂ ਨਹੀਂ ਆਉਂਦਾ ਪੰਜ ਬੰਦੇ ਉਹਨੂੰ ਫੜ ਲਓ ਤੇ ਚੁੱਕ ਕੇ ਲੈ ਜਾਓ ਇਹ ਚੁੱਕੇ ਨਹੀਂ ਲੈ ਕੇ ਗਏ ਇੱਕ ਬੰਦਾ ਉਹਦੇ ਉੱਤੇ ਚੜ ਕੇ ਬੈਠਾ ਉਹਨੂੰ ਫੜਿਆ ਤੇ ਦੂਜੇ ਆਉਂਦੇ ਆ ਡਿੱਗੇ ਪੈਰ ਨੂੰ ਕੋਈ ਲੱਤਾਂ ਮਾਰ ਰਿਹਾ ਕੋਈ ਥੱਡ ਮਾਰ ਰਿਹਾ ਕੋਈ ਡਾਂਗਾ ਮਾਰ ਰਿਹਾ ਇੱਕ ਪੁਲਿਸ ਵਾਲਾ ਉਹਨੂੰ ਕੁਝ ਜਿਆਦਾ ਖੁਰਕ ਹੁੰਦੀ ਆਪਣੇ ਮੋਢੇ ਦੇ ਉੱਤੇ ਲੱਦੀ ਐਸਐਲਆਰ ਸੈਲਫ ਲੋਡਿੰਗ ਲਾਈਫਲ ਜੀ ਨਾਲ ਦੇ ਨੂੰ ਫੜਾ ਕੇ ਪਿੱਛੋਂ ਆਉਂਦਾ ਤੇ ਆ ਕੇ ਡਿੱਗੇ ਪੈਰ ਨੂੰ ਕੁੱਟਦਾ ਬਾਕੀ ਦੇ ਪੁਲਿਸ ਵਾਲਾ ਥੋੜੇ ਸੀ ਉਹ ਪਿੱਛੋਂ ਆ ਕੇ ਕਿਉਂ ਕੁੱਟਣ ਲੱਗ ਪਿਆ ਫਿਰ ਜਿਹੜਾ ਆਉਂਦਾ ਆ ਕੇ ਉਹਨੂੰ ਇੱਕ ਦੋ ਮਾਰੀ ਜਾਂਦਾ ਸਸਪੈਂਡ ਤੇ ਸਿਰਫ 3 ਜਣੇ ਕੀਤੇ ਜੀ ਬਿਲਕੁਲ ਕੁੱਟਣ ਵਾਲੇ 13 ਜਣੇ ਨੇ ਔਰ ਫਿਰ ਜਿਨ੍ਹਾਂ ਨੇ ਬੱਚੇ ਨੂੰ ਕੁੱਟਿਆ ਉਹ ਹੋਰ ਨੇ ਬੰਦੇ ਨੇ ਕੁੱਟਣ ਵਾਲੇ ਹੋਰ ਨੇ ਉਹਨਾਂ ਸਾਰਿਆਂ ਨੂੰ ਵੇਖਿਆ ਬਗੈਰ ਸਾਰੀ ਵੀਡੀਓ ਚੈੱਕ ਕੀਤੇ ਬਗੈਰ 3 ਜਣਿਆਂ ਨੂੰ ਸਸਪੈਂਡ ਕਰਨ ਦੀ ਕਾਰਵਾਈ ਕਰ ਦਿੱਤੀ ਗਈ ਔਰ ਆਖਿਆ ਕਿ ਇਹਨੇ ਕਿਰਪਾਨ ਕਢੀ ਸਾਡੇ ਬੰਦੇ ਜਖਮੀ ਕਰ ਦਿੱਤੇ ਤੁਹਾਡੇ ਕੋਲ ਬੰਦੂਕਾਂ ਦੇ ਹੁੰਦਿਆਂ ਤੁਹਾਨੂੰ ਕਿਰਪਾਨ ਨਾਲ ਜ਼ਖਮੀ ਕਰ ਦੂਗਾ ਜੋ ਕੁਝ ਕੀਤਾ ਗਿਆ ਥਾਣੇ ਦੇ ਸਾਹਮਣੇ ਨੰਗੀ-ਮੁਗੀ ਗੁੰਡਾਗਰਦੀ ਕੀਤੀ ਗਈ ਇਹ ਕੋਈ ਰਿਮੋਟ ਏਰੀਆ ਹੁੰਦਾ ਬਾਰਡਰ ਦੇ ਕੰਢੇ ਦਾ ਪਿੰਡ ਹੁੰਦਾ ਕੋਈ ਛਤੀਸਗੜ ਝਾਰਖੰਡ ਦਾ ਜੰਗਲ ਦਾ ਇਲਾਕਾ ਹੁੰਦਾ ਉੱਤਰ-ਪੂਰਬ ਦਾ ਇਲਾਕਾ ਹੁੰਦਾ ਅਸੀਂ ਕਹਿੰਦੇ ਕਿ ਅਣਜਾਣਪਨਾ ਜਿੱਥੇ ਸਿਰ ਦੇ ਉੱਤੇ ਸੁਪਰੀਮ ਕੋਰਟ ਬੈਠੀ ਆ ਸਰਕਾਰ ਬੈਠੀ ਆ ਸਰ ਬੈਠੇ ਉੱਥੇ ਇਹ ਕੁਝ ਹੋ ਗਿਆ ਔਰ ਕੋ ਪੁੱਛਣ ਵਾਲੇ ਨਹੀਂ ਕਿ ਜੋ ਕੁਝ ਆ ਸਰਾਸਰ ਗਲਤ ਹੋਇਆ ਦੇ ਉੱਤੇ ਦਿੱਲੀ ਦੇ ਸਾਰੇ ਲੋਕਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਜੀ ਗੀਤਾ ਵੀ ਇਹ ਲੋਕਾਂ ਨੇ ਔਰ ਇਹ ਚ ਪਹਿਲ ਕਦਮੀ ਜਿਹੜੀ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਉਹਨੂੰ ਦਾ ਕ੍ਰੈਡਿਟ ਜਾਂਦਾ ਬਾਅਦ ਆਮ ਆਦਮੀ ਪਾਰਟੀ ਦਾ ਜਰਨਲ ਸੁਭਾਇਕ ਵੀ ਆ ਜਰਨਲ ਸੁ2 ਨੇ ਇੱਕ ਤਾਂ ਪੰਜਾਬ ਤੋਂ ਆ ਕੇ ਚੌਂ ਲੜਿਆ ਸੀ ਤੇ ਅਸਤੀਫਾ ਦੇ ਗਿਆ ਸੀ ਦੂਜਾ ਜਰਨਲ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਵੀ ਪ੍ਰੋਟੈਸਟ ਕੀਤਾ ਇਹਦੇ ਉੱਤੇ ਮਨਜੀਤ ਸਿੰਘ ਜੀਕੇ ਨੇ ਵੀ ਕੀਤਾ ਸਾਰਿਆਂ ਨੇ ਕੀਤਾ ਬਾਕੀ ਵੀ ਕਰਨਗੇ ਹੋ ਸਕਦਾ ਪਾਰਲੀਮੈਂਟ ਤੱਕ ਵੀ ਗੱਲ ਉੱਠੇ ਪਰ ਪਹਿਲ ਮਨਜਿੰਦਰ ਸਿੰਘ ਸਰਸਾ ਲੈ ਗਿਆ। ਔਰ ਅਗਲੀ ਗੱਲ ਜਿਹੜੀ ਹੈ ਨਾ ਉਹ ਇਹ ਹੈ ਕਿ ਮਸਲਾ ਇੰਨੇ ਤੇ ਠੱਪ ਕਰਨ ਦਾ ਸਵਾਲ ਨਹੀਂ ਅਸੀਂ ਪੁਲਿਸ ਨੂੰ ਕਹਿੰਨੇ ਸਿਆਸੀ ਪਾਰਟੀਆਂ ਨੂੰ ਕਹਿੰਨੇ ਕੱਲੇ ਅਕਾਲੀ ਕੋ ਬੋਲੇ ਕੱਲੇ ਸਿੱਖ ਕਿਉਂ ਬੋਲੇ ਕਾਂਗਰਸ ਪਾਰਟੀ ਦਾ ਕੋਈ ਲੀਡਰ ਕਿਉਂ ਨਹੀਂ ਬੋਲਿਆ ਮਨਜਿੰਦਰ ਸਿੰਘ ਸਰਸੇ ਦੀ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਕਿਉਂ ਨਹੀਂ ਬੋਲਿਆ ਅਕਾਲੀ ਦਲ ਤੇ ਬਾਕੀ ਲੀਡਰ ਕਿਉਂ ਨਹੀਂ ਬੋਲੇ ਅਸੀਂ ਰਾਤਾ ਵਿਖਣ ਦਾ ਕਿਉਂ ਨਹੀਂ ਬੋਲੇ ਇਹਨਾਂ ਸਾਰਿਆਂ ਨੂੰ ਬੋਲਣਾ ਚਾਹੀਦਾ ਔਰ ਇਹਦੇ ਤੋਂ ਵੀ ਅਗਲੀ ਗੱਲ ਸਾਡਾ মিডিਆ ਰਾਤ ਦਾ ਇਹੋ ਦੱਸੀ ਜਾਂਦਾ ক্রিকেট ਦਾ ਮੈਚ ਜਿੱਤ ਲਿਆ ਪਾਕਿਸਤਾਨ ਨੇ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਤਾ ਜੀ ਸਿਰਫ ਦੋ ਜਾਂ ਤਿੰਨ ਚੈਨਲਾਂ ਨੇ ਖਬਰ ਦਿੱਤੀ ਆ ਕਿਤੇ ਦੂਰ ਰਿਮੋਟ ਇੰਗਲੈਂਡ ਦੀ ਖਬਰ ਹੋਵੇ ਤੇ 10-10 ਸਵਰ ਕਮਾਉਂਦੇ ਆ ਉਥੇ ਇੱਕ ਨਿਕਾ ਜਿਹਾ ਐਕਸੀਡੈਂਟ ਹੋ ਜੇ ਉਹ ਵੀ ਵੀ ਵਾਰ ਕਮਾਉਂਦੇ ਆ ਜੇ ਦਿੱਲੀ 'ਚ ਹੋਵੇ ਪਰ ਐਡੀ ਵੱਡੀ ਘਟਨਾ ਹੋ ਗਈ ਜਿਹਦੇ ਨਾਲ ਤਰਤਲੀ ਮੱਝ ਸਕਦੀ ਹੈ ਉਸ ਖਬਰ ਨੂੰ ਖਬਰ ਤੱਕ ਨਹੀਂ ਸਮਝਿਆ ਗਿਆ ਇਹ ਸਰਾਸਰ মিডিਆ ਦੀ ਵੀ ਜਿਆਦਤੀ ਉਹਨੂੰ ਲੈਣੀ ਚਾਹੀਦੀ ਸੀ ਖਬਰ ਜੋ ਕੁਝ ਰਾਤੀਆਂ ਹੋਇਆ ਇਹਦੇ ਬਹੁਤ ਵੱਡੇ ਸਿੱਟੇ ਨਿਕਲ ਸਦੇ ਸਾਰੀ ਦੁਨੀਆ ਪਰ ਦੇ ਵਿੱਚ ਸਿੱਖਾਂ ਜਿਹਦਣਾ ਰੋਜ਼ ਜਾਗ ਗਿਆ ਜਾਗਣਾ ਵੀ ਸੁਭਾਵਿਕ ਸੀ ਔਰ ਹਰ ਕਿਸੇ ਨੂੰ ਇਹ ਤੇ ਪ੍ਰੋਟੈਸਟ ਕਰਨਾ ਚਾਹੀਦਾ ਸਿੱਖ ਨਾ ਵੀ ਹੋਵੇ ਤਾਂ ਵੀ ਕਰਨਾ ਚਾਹੀਦਾ ਕਿਉਂ ਕਿ ਕਿਉਂਕਿ ਮਾਮਲਾ ਮਨੁੱਖੀ ਅਧਿਕਾਰਾਂ ਦੀ ਉਸ ਲੰਘਣਾ ਦਾ ਜਿਹਦੀ ਕੋਈ ਹੱਦ ਨਹੀਂ ਰਹਿਣ ਦਿੱਤੀ ਬਿਲਕੁਲ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਉਸ ਧਰਨੇ ਦੇ ਉੱਤੇ ਜਾ ਕੇ ਕਿਹਾ ਕਿ ਸਬਰ ਸੰਤੋਖ ਨਾਲ ਤੇ ਬਿਨਾ ਕਿਸੇ ਐਸੀ ਟਕਰਾਅ ਵਾਲੀ ਸਥਿਤੀ ਤੇ ਕਾਨੂੰਨ ਨੂੰ ਹੱਥ ਵਿੱਚ ਲੈਣ ਤੋਂ ਗਰੇਜ ਕੀਤਾ ਜਾਵੇ ਸੋ ਉਹਦੇ ਨਾਲ ਹੀ ACP ਨੇ ਉਦਹੀਂ ਤਿੰਨ ਬੰਦਿਆਂ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਜਿਹੜਾ ACP ਨੇ ਕੀਤਾ ਤਿੰਨਾਂ ਦਾ 13 14 ਕੁੱਟਣ ਵਾਲੇ ਹਣ ਤੇ ਤਿੰਨਾਂ ਦਾ ਕਰਦੇ ਹੋਏ ਘਟ ਲੋਕਾਂ ਨੂੰ ਇਹਦੇ ਉੱਤੇ ਇਹ ਸਾਫ਼ ਹੈ ਕਿ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੀਦਾ ਪਰ ਪ੍ਰੋਟੈਸਟ ਹਰ ਇੱਕ ਨੂੰ ਕਰਨਾ ਚਾਹੀਦਾ ਇਹ ਇਸ ਤਰ੍ਹਾਂ ਜੇ ਕੋਈ ਦਿੱਲੀ ਦੇ ਦੇਸ਼ ਦੀ ਰਾਜਧਾਨੀ ਚ ਹੋਇਆ ਉਹ ਬਹੁਤ ਮਾੜਾ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਬਿਲਕੁਲ ਸਾਬ ਅਗਲੀ ਗੱਲ ਕਰਦੇ ਆ ਅੱਜ 17ਵੀਂ ਲੋਕ ਸਭਾ ਦਾ ਜਿਹੜਾ ਪਹਿਲਾ اجلاس ਸ਼ੁਰੂ ਹੋਣ ਜਾ ਰਿਹਾ ਹੈ ਸਰਵ ਪਾਰਟੀ ਮੀਟਿੰਗ ਸੱਦੀ ਗਈ ਹੈ ਔਰ ਇੱਕ ਕਲਾਸਟਰ ਇੱਕ ਚੋਣਾ ਦੀ ਗੱਲ ਹੋ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਨਵੀਂ ਨਰਿੰਦਰ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਪਾਰਲੀਮੈਂਟ ਸੈਸ਼ਨ ਦੇਖੋ ਪਹਿਲਾ ਪਾਰਲੀਮੈਂਟ ਸੈਸ਼ਨ ਅਜੇ ਪਹਿਲੇ ਦਿਨ ਤਾਂ ਪ੍ਰੋਟੈਮ ਸਪੀਕਰ ਮੈਂਬਰਾਂ ਨੂੰ ਸੌਂਚ ਕੌਣਗੇ ਇੱਕ ਦਿਨ ਚ ਚੁਕਾਈ ਨਹੀਂ ਜਾਣੀ ਕੱਲ ਵੀ ਲੱਗ ਰਗੋ ਦੋ ਦਿਨ ਲੱਗਣਗੇ ਇਹਦੇ ਦਰਮਿਆਨ ਸਰਕਾਰ ਨੇ ਮੀਟਿੰਗ ਇੱਕ ਸੱਦ ਲਈ ਹੈ ਵਨ ਰੈਂਕ ਵਨ ਨੇਸ਼ਨ ਵਨ ਰੈਸਟਰੀ ਚੋਣਾ ਹਾਂ ਜੀ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦੇਸ਼ ਤੇ ਇੱਕ ਚੋਣਾ ਮੈਂ ਤਾਂ ਸ਼ੁਰੂ ਤੋਂ ਇਸ ਗੱਲ ਦਾ ਵਿਰੋਧੀ ਇਹੋ ਜਿਹੀ ਮੰਗਦਾ ਉਹਦਾ ਕਾਰਨ ਕੀ ਹੈ ਸਾਡੀ ਪੰਜਾਬ ਦੀ ਸਰਕਾਰ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦਾ 파ਟਕ ਪਿਆ ਹਰਿਆਣਾ ਵਿੱਚ ਪਿਆ ਕਿਸੇ ਵੀ ਸੂਬੇ ਵਿੱਚ ਪਿਆ ਸਕਦਾ ਜੇ ਇੱਕ ਸੂਬੇ ਵਿੱਚ ਪੈ ਜਾਵੇ ਤੇ ਕੀ ਸਾਰੇ ਦੇਸ਼ ਦੇ 20 22 28 30 ਜਿੰਨੇ ਵੀ ਸੂਬੇ ਆ ਸਾਰਿਆਂ ਦੀਆਂ ਸਰਕਾਰਾਂ ਚੋਣਾਂ ਕਿ ਤੋੜ ਕੇ ਤੇ ਨਾ ਚੋਣਾਂ ਕਰੇ ਜਾਣਗੇ ਦੇਸ਼ ਦੀ ਪਾਰਲੀਮੈਂਟ ਵੀ ਤੋੜਦੀ ਜਾਵੇਗੀ ਜਾਂ ਦੇਸ਼ ਦੀ ਪਾਰਲੀਮੈਂਟ ਚ ਵੀਪੀ ਸਿੰਘ ਤੇ ਚੰਦਰਸ਼ੇਖਰ ਦਾ ਝਗੜਾ ਪੈ ਗਿਆ। ਮੁਰਾਰਜੀ ਰਸਾਈ ਤੇ ਚੌਧਰੀ ਚਰਨ ਸਿੰਘ ਦਾ ਪੈ ਗਿਆ। ਦੇਵਗੋੜਾ ਨੂੰ ਲਾ ਕੇ ਤੇ ਇੰਦਰ ਕੁਮਾਰ ਗੁਜਰਾਲ ਨੂੰ ਲਿਆਂਦਾ ਗਿਆ। ਵਾਜਪਾਈ ਸਾਹਿਬ ਦਾ ਹੋ ਗਿਆ। ਜਦ ਵੀ ਇਹੋ ਜਿਹਾ ਮਾਮਲਾ ਹੋਵੇ ਜੇ ਪਾਰਲੀਮੈਂਟ ਟੁੱਟ ਜਾਂਦੀ ਹੈ ਸਾਰੇ ਸੂਬਿਆਂ ਨੂੰ ਸਜਾ ਰੱਖੋਗੇ। ਕਿ ਸਭ ਸੂਬਿਆਂ ਚ ਸਰਕਾਰਾਂ ਜਿਹੜੀਆਂ ਨੇ ਉਹ ਤੋੜ ਕੇ ਨਾਲ ਚੋਣਾਂ ਕਰੇ ਜਾਣਗੇ। ਇਹਦਾ ਕੋਈ ਕਾਰਨ ਹੈਗਾ ਇਹਦੇ ਪਿੱਛੇ ਕੋਈ ਦਲੀਲ ਹੈਗੀ ਹੈ। ਕੋਈ ਗੱਲ ਹੀ ਨਹੀਂ ਬਣਦੀ। ਜਾਂ ਫਿਰ ਕੀ ਹੋਵੇਗਾ? ਕਿ ਕਿਸੇ ਸੂਬੇ ਚ ਗੜਬੜ ਹੋ ਗਈ ਹੈ। ਸਰਕਾਰ ਬਣ ਨਹੀਂ ਸਕਦੀ। ਲੋਕਾ ਤੋਂ ਫਤਵਾ ਲੈ ਨਹੀਂ ਸਕਦੇ ਇਸ ਕਰਕੇ 5 ਸਾਲ ਤਾਂ ਪੂਰੇ ਕਰਾਉਣਾ ਹੀ ਹੈ ਉਹਨਾਂ ਚਿਰ ਤੱਕ ਆਪਣੀ ਮਰਜ਼ੀ ਦਾ ਗਵਰਨਰ ਬਿਠਾ ਕੇ ਤੇ ਕੇਂਦਰ ਸਰਕਾਰ ਉੱਥੇ ਰਾਜ ਚਲਾਵੇਗੀ ਤੇ ਡੈਮੋਕ੍ਰੇਸੀ ਕਿੱਥੇ ਰਹਿ ਗਈ ਜਿੱਥੇ ਸਰਕਾਰ ਚੱਲ ਹੀ ਨਹੀਂ ਸਕਦੀ ਤਿੰਨ ਚਾਰ ਥਾਂ ਤੇ ਪਾਟਕ ਪੈ ਗਿਆ ਬੰਦੇ ਕਿਸੇ ਦੀ ਹਮਾਇਤ ਕਰਨ ਨੂੰ ਤਿਆਰ ਨਹੀਂ ਉੱਥੇ 6 ਮਹੀਨੇ ਆਰਡੀਨੈਂਸ ਲਾ ਕੇ ਤੁਸੀਂ ਗਵਰਨਰ ਜਾਇ ਲਾ ਲਓ 6 ਮਹੀਨੇ ਬਾਅਦ ਚੋਣਾਂ ਕਰਾ ਦਿਓ ਪਰ ਇਹ ਕਹਿ ਕੇ ਕਿ ਵਨ ਨੇਸ਼ਨ ਤੇ ਵਨ ਇਲੈਕਸ਼ਨ ਹੈ ਜੀ ਪਾਰਲੀਮੈਂਟ ਦੇ ਨਾਲ ਹੀ ਬਾਕੀ ਵੀ ਕਰਾਉਣੀਆਂ 5 ਸਾਲ ਤੱਕ ਉਹਨਾਂ ਲੋਕਾਂ ਨੂੰ ਗਵਰਨਰ ਦਾ ਰਾਜ ਭੁਗਤਣ ਵਾਸਤੇ ਲਾਤਾ ਜਾਵੇ ਅਫਸਰशाही ਪ੍ਰਧਾਨੋ ਜੀ ਆਪਣੀਆਂ ਮਰਜ਼ੀਆਂ ਕਰੇ ਔਰ ਕੇਂਦਰ ਵਿੱਚ ਬੈਠੇ ਜਿਹੜੇ ਆਪਣੀ ਮਰਜ਼ੀ ਨਾਲ ਉਹ ਸਰਕਾਰ ਨੂੰ ਚਲਾਉਣ ਮੁਆਫ ਕਰਨਾ ਦੇਸ਼ ਵਿੱਚ ਜਿਹੜਾ ਸਭ ਤੋਂ ਪਹਿਲਾ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀ ਉਹ ਸਾਡੇ ਪੰਜਾਬ ਵਿੱਚ ਅਸ ਸੀ ਤੇ ਸਭ ਤੋਂ ਵੱਧ ਸਮਾਂ ਰਾਸ਼ਟਰਪਤੀ ਰਾਜ ਸਾਡੇ ਪੰਜਾਬ ਦੇ ਉੱਤੇ ਲੱਗਾ ਰਿਹਾ ਇਸ ਕਰਕੇ ਅਸੀਂ ਪੰਜਾਬ ਦੇ ਲੋਕ ਤਾਂ ਵੱਧ ਜਾਣਦੇ ਆ ਕਿ ਇਹੋ ਜਿਹਾ ਕੰਮ ਹੋਤ ਕੀ ਹੁੰਦਾ ਤੇ ਜੇ ਆ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਚਲਾ ਲਈ ਤੇ ਕੱਲ ਨੂੰ ਸਿਰੇ ਨਾ ਚੜੀ ਤੇ ਜਿਹੜੇ ਸੂਬਿਆਂ ਦੀਆਂ ਸਰਕਾਰਾਂ ਟੁੱਟਣਗੀਆਂ ਉਹਨਾਂ ਸੂਬਿਆਂ ਦੇ ਲੋਕਾਂ ਨਾਲ ਕੀ ਹੋਵੇਗਾ ਉੱਥੇ ਪ੍ਰਸ਼ਾਸਨ ਕੀ ਕਰੇਗਾ ਕਿ ਬਾਕੀ ਦੇਸ਼ ਨੂੰ ਪਤਾ ਹੋਵੇ ਨਾ ਹੋਵੇ ਸਾਨੂੰ ਇਹ ਪਤਾ ਪੰਜਾਬੀਆਂ ਨੂੰ ਕਿ ਕੀ ਹੁੰਦਾ ਜੀ ਬਿਲਕੁਲ ਪੰਨੂ ਸਾਹਿਬ ਗੱਲ ਕਰਦੇ ਆ ਸਾਰਾ ਪੰਜਾਬ ਭੂਤਸਵਾਰ ਹੋਇਆ ਵੀ ਅਸੀਂ ਕੈਨੇਡਾ ਜਾਣਾ ਇੱਥੇ ਨਹੀਂ ਰਹਿਣਾ ਪੰਜਾਬ ਸਰਕਾਰ ਇਸ ਵਾਰੀ ਕੋਈ ਪਾਲਿਸੀ ਨਹੀਂ ਦੇ ਰਹੀ ਨੌਜਵਾਨ ਕਿੱਧਰ ਨੂੰ ਜਾਣ ਤੇ ਕੈਨੇਡਾ ਦੀ ਸਰਕਾਰ ਇਸ ਗੱਲ ਤੇ ਚਿੰਤਾ ਕਰੀ ਜਾਂਦੀ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਦੀ ਏਜੰਟਾਂ ਦੇ ਕੋਲੋਂ ਬੜੀ ਲੁੱਟ ਹੋ ਰਹੀ ਹੈ ਅਸਲ ਫੀਸ ਤੋਂ 3-4 ਗੁਣਾ ਜ਼ਿਆਦਾ ਫੀਸ ਏਜੰਟ ਲੈ ਰਹੇ ਹੈ ਤੇ ਆਪਣੇ ਇਹਦੇ ਸੰਬੰਧ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੁਣ ਜਲੰਧਰ ਦੇ ਵਿੱਚ ਕੁਝ ਏਜੰਟਾਂ ਤੇ ਛਾਪੇਮਾਰੀ ਵੀ ਹੋਈ ਹੈ ਕਿਵੇਂ ਦੇਖਦੇ ਹੋ ਦੋਨੇ ਖਬਰਾਂ ਨੂੰ ਪਹਿਲੀ ਗੱਲ ਤਾਂ ਮੈਂ ਬੇਟਾ ਜੀ ਇਹ ਬੇਨਤੀ ਕਰੂੰਗਾ ਕਿ ਕੱਲਾ ਪੰਜਾਬ ਨਹੀਂ ਜੀ ਪੰਜਾਬ ਦੀ ਬਦਨਾਮੀ ਵੱਧੋਗੀ ਜੀ ਗੁਜਰਾਤ ਬੜੀ ਵੱਡੀ ਗਿਣਤੀ ਚ ਵਾਰ ਗਿਆ ਖਾਸ ਕਰਕੇ ਕੈਨੇਡਾ ਚ ਗਿਆ ਕੇਰਲਾ ਬੜੀ ਵੱਡੀ ਗਿਣਤੀ ਚ ਗਿਆ ਪਰ ਉਹਦਾ ਬਹੁਤਾ ਹਿੱਸਾ ਖਾੜੀ ਦੇ ਦੇਸ਼ਾਂ ਚ ਗਿਆ ਕੁਝ ਹੋਰ ਥਾਵਾਂ ਤੇ ਲੋਕਿੰਗ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਗਏ ਨੇ ਯਾਰ ਜ ਤੁਸੀਂ 2 ਦਿਨ ਪਹਿਲਾਂ ਖਬਰ ਪੜ੍ਹੀ ਹੈ ਕਿ ਮੈਕਸੀਕੋ ਦੇ ਰੇਗਿਸਤਾਨ ਚ ਜੀ ਇੱਕ ਸਾਡੀ ਪੰਜਾਬੀ ਬੱਚੀ 7 ਸਾਲ ਉਮਰ ਦੀ ਜੀ ਗੁਰਪ੍ਰੀਤ ਕੌਰ ਪਾਣੀ ਦੀ ਇੱਕ ਕੁੱਟ ਨੂੰ ਤਰਸਦੀ ਮਰ ਗਈ। ਪਾਣੀ ਨਹੀਂ ਸੀ ਮਿਲ ਰਿਹਾ ਉਹਦੀ ਮਾਂ ਪਾਣੀ ਲੱਭਣ ਗਈ ਤੇ ਰਸਤਾ ਭਟਕ ਗਈ। ਜੀ। ਜਦ ਤੱਕ ਮੁੜ ਕੇ ਆਈ ਤੇ ਬੱਚੀ ਮਰ ਚੁੱਕੀ ਆ। ਸਾਨੂੰ ਸਾਰੇ ਪੰਜਾਬੀਆਂ ਨੂੰ ਦਾ ਦੁੱਖ ਹੈ ਆ ਪੰਜਾਬੀ ਬੱਚੀ ਸੀ। ਜੀ। ਪਰ ਉੱਥੇ ਹੀ ਇੱਕ ਸਾਲ ਦੇ ਅੰਦਰ ਅੰਦਰ 100 ਤੋਂ ਵੱਧ ਲੋਕ ਉਸੇ ਮਾਰੂਥਲ 'ਚ ਭਟਕਦੇ ਮਰ ਗਏ ਆ। ਉਹ ਪੰਜਾਬੀ ਨਹੀਂ ਸੀ। ਬਾਕੀ ਦੁਨੀਆਂ ਦੇ ਦੇਸ਼ਾਂ 'ਚ ਵੀ ਆ ਰਹੇ ਆ। ਆ ਡੇਢ ਦੋ ਸਾਲ ਪਹਿਲਾਂ ਦੀ ਗੱਲ ਹੈ। ਵੱਖ-ਵੱਖ ਦੇਸ਼ਾਂ ਤੋਂ ਲੋਕ ਕੁੱਟ ਕੇ ਢਾਣੀਆਂ ਬਨ ਗਏ। ਜਰਮਨੀ ਫਰਾਂਸ ਇਹਨਾਂ ਦੇਸ਼ਾਂ ਜਾਵੜੇ ਇਹਨਾਂ ਨੇ ਅਗਵਾ ਕਰ ਗੋਲੀ ਚਲਾ ਮੇ ਗੋਨਾ ਖਾ ਚਲਾ ਦਿਓ ਅਸੀਂ ਇੱਥੇ ਬੈਠੇ ਉਹਤੇ ਵੀ ਤੇ ਅਸੀਂ ਮਾਰੀ ਜਾਣਾ ਤੁਸੀਂ ਮਾਰ ਦਿਓ ਉਹ ਤੋਂ ਵੀ ਰੌਲਾ ਪਿਆ ਸੀ ਕਿ ਜਿਹੜੇ ਅਮੀਰ ਦੇਸ਼ ਆ ਇਹਨਾਂ ਦੀ ਅਮੀਰੀ ਕੋਈ ਆਕਾਸ਼ੋਂ ਡਿੱਗੀ ਨਹੀਂ ਜੀ ਇਹਨਾਂ ਚੋਂ ਬਹੁਤ ਸਾਰੇ ਦੇਸ਼ ਆ ਜਿਨ੍ਹਾਂ ਨੇ ਕਾਰੋਬਾਰੀ ਢੰਗ ਨਾਲ ਤੇ ਕਈ ਇੰਗਲੈਂਡ ਵਰਗੇ ਦੇਸ਼ ਆ ਜਿਨ੍ਹਾਂ ਨੇ ਦੂਸਰੇ ਦੇਸ਼ਾਂ ਤੇ ਰਾਜ ਕਰਦਿਆਂ ਕਰਦਿਆਂ ਉੱਥੋਂ ਦੀ ਦੌਲਤ ਖੱਚ ਕੇ ਲੈਂਦੀ ਹੋਈ ਆ ਉਹਨਾਂ ਨੂੰ ਆਖਿਆ ਕਿ ਜੇ ਤੁਹਾਡੇ ਕੋਲ ਟੈਕਨਿਕ ਆ ਗਈ ਤੁਸੀਂ ਮਾਲ ਵੇਚ ਕੇ ਸਾਰੀ ਦੁਨੀਆ ਚ ਪੈਸਾ ਕਮਾ ਲਿਆ ਤੇ ਇਹਨਾਂ ਦੇਸ਼ਾਂ ਦਾ ਕੁਝ ਦੁੱਖ ਦਰਦ ਵੰਡਾਓ ਉਹ ਮਸਲਾ ਵੱਖਰਾ ਹੁਣ ਸਵਾਲ ਹੈ ਕੈਨੇਡਾ ਦਾ ਕੈਨੇਡਾ ਦੀ ਸਰਕਾਰ ਨੇ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਵਿਭਾਗ ਆ ਉਹਨੇ ਉਹਨਾਂ ਦੇ ਦਿੱਲੀ ਵਾਲੇ ਸਾਡੇ ਹਾਈ ਕਮਿਸ਼ਨ ਇਹ ਕਰ ਬਹੁਤ ਚੰਗੀ ਕੀਤੀ ਆ ਮੇਰੇ ਕੋਲ ਉਹਨਾਂ ਦੀ ਐਡ ਪਈ ਆ ਜੀ ਜਿਹੜੀ ਉਹਨਾਂ ਨੇ ਪੰਜਾਬ ਦੇ ਅਖਬਾਰਾਂ ਵਿੱਚ ਦਿੱਤੀ ਆ ਇਹਦੇ ਵਿੱਚ ਪੰਜਾਬੀ ਵਿੱਚ ਵੀ ਆ ਅੰਗਰੇਜ਼ੀ ਵਿੱਚ ਵੀ ਆ ਤੇ ਸ਼ਾਇਦ 스ਪੈਨਿਸ਼ ਆ ਮੈਨੂੰ ਪੂਰਾ ਨਹੀਂ ਪਤਾ ਉਹਦੇ ਵਿੱਚ ਵੀ ਆ ਇਹ ਤਿੰਨਾਂ ਭਾਸ਼ਾਵਾਂ ਚ ਉਹਨਾਂ ਨੇ ਲਿਖਿਆ ਕਿ ਜਿਹੜੀ ਸਾਡੀ ਫੀਸ ਆ ਅਸਲ ਵਿੱਚ ਉਹ ਹੈਗੀ ਆ 5200 ਰੁਪਿਆ ਤੇ ਸਾਨੂੰ ਇਹ ਪਤਾ ਲੱਗਾ ਕਿ ਤੁਹਾਡੇ ਤੋਂ ਟਰੈਵਲ ਏਜੰਟ ਬਹੁਤ ਮੋਟੀਆਂ ਫੀਸਾਂ ਲੈ ਰਿਆ ਹਾਈ ਕਮਿਸ਼ਨ ਨੂੰ ਕਿੱਥੋਂ ਪਤਾ ਲੱਗਾ ਕੁਝ ਲੋਕਾਂ ਦੀ ਇੰਟਰਵਿਊਜ਼ ਕੀਤੀਆਂ ਉਹਨਾਂ ਤੋਂ ਪਤਾ ਲੱਗਾ ਇਹ ਸੱਚੀ ਗੱਲ ਆ ਕਿ ਟਰੈਵਲ ਏਜੰਟ ਛੁਰੀ ਫੜੀ ਆ ਲੋਕਾਂ ਦਾ ਮਾਸ ਪੁਰਚੀ ਜਾਂਦੇ ਆ ਥੱਲੇ ਠੂਠਾ ਰੱਖਿਆ ਲੋਹ ਵੀ ਖਿੱਚੀ ਜਾਂਦੇ ਆ ਬਹੁਤ ਸਾਰੇ ਟਰੈਵਲ ਏਜੰਟ ਕਰਦੇ ਆ ਕੋਈ 2-4 ਹੋਣਗੇ ਇੱਥੇ ਜਲੰਧਰ ਜਿੱਕਾ ਬੈਠਾ ਬਹੁਤ ਵੱਡਾ ਟਰੈਵਲ ਏਜੰਟ ਆ ਬੜੀ ਉਹਦੀ ਤਮ ਆ 8-10 ਉਹਦੇ ਸੈਂਟਰ ਚੱਲਦੇ ਆ ਅਜੇ 3 ਸਾਲ ਪਹਿਲਾਂ ਦੀ ਗੱਲ ਆ ਉਹਦੇ ਛਾਪੇ ਵਜੇ 1.5-2 ਕਰੋੜ ਦਾ ਮਾਲ ਫੜਿਆ ਗਿਆ ਸੀ ਮੁੜ ਕੇ ਕੀ ਹੋਇਆ ਸਾਨੂੰ ਨਹੀਂ ਪਤਾ ਕਿਉਂਕਿ ਇਹੋ ਜਿਹੇ ਗਾਂ ਅੱਗੇ ਹੱਥ ਰਲ ਜਾਂਦੇ ਹੁੰਦੇ ਸਭਾੜ ਲਿਆ ਹੋਵੇਗਾ ਇਹੋ ਜਿਹੇ ਲੋਕ ਨੇ ਉਹ ਕਰਦੇ ਪਏ ਆ ਉਹਨਾਂ ਦੇ ਉੱਤੇ ਹੁਣ ਅਬ ਜਿਹੜੇ ਹੈਗੇ ਸਨੀਚਰ ਐਤਵਾਰ ਜਿਲੰਦਰ ਪੁਲਿਸ ਨੇ ਛਾਪੇ ਵੀ ਮਾਰੇ ਆ 78 ਟਰੈਵਲ ਏਜੰਸੀਆਂ ਤੇ ਬੱਸ ਸਟੈਂਡ ਦੇ ਨੇੜੇ-ਨੇੜੇ ਛਾਪੇ ਮਾਰੇ ਆ ਉਹ ਜਿਹੜੀਆਂ 78 ਟਰੈਵਲ ਏਜੰਸੀਆਂ ਤੇ ਛਾਪੇ ਮਾਰੇ ਆ ਕਈਆਂ ਤੋਂ ਪਾਸਪੋਰਟ ਫੜੇ ਗਏ ਕਈਆਂ ਤੋਂ ਪੈਸੇ ਫੜੇ ਗਏ ਕਈ ਪਹਿਲਾਂ ਹੀ ਬੰਦ ਕਰਕੇ ਭੱਜ ਗਏ ਚੰਗਾ ਹੈ ਕਾਰਵਾਈ ਹੋਣੀ ਚਾਹੀਦੀ ਆ ਪਰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਅਫਸਰ ਬੈਠਿਆ ਦਫਤਰਾਂ ਚ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਬਹੁਤ ਚੰਗੇ ਆ ਠੀਕ ਹੈ ਉਹ ਕਿਸੇ ਥਾਂ ਦੇ ਉੱਤੇ ਕੋਈ ਗਲਤ ਕੰਮ ਨਾ ਕਰਨਾ ਚਾਹਣਗੇ ਪਰ ਥੱਲੇ ਤੇ ਥਾਣੇਦਾਰ ਭੇਜਣਿਆਂ ਨੇ ਹਵਾਲਦਾਰ ਭੇਜਣਿਆਂ ਨੇ ਉਹ ਹਰ ਥਾਂ ਤੋਂ ਕੁਝ ਨਾ ਕੁਝ ਲੈਣ ਦਾ ਯਤਨ ਕਰ ਸਕਦੇ ਆ ਇਹ ਨਹੀਂ ਕਿ ਉਹਦਾ ਕਿ ਜ਼ਰੂਰੀ ਕਰਦੇ ਆ ਪਰ ਕਰ ਸਕਦੇ ਆ ਇਹਨੂੰ ਚੈੱਕ ਕਰਨ ਦਾ ਪ੍ਰਬੰਧ ਘਟਿਆ ਸਾਡੇ ਕੋਲ ਰਿਪੋਰਟ ਆ ਕਿ ਕਈ ਟਰੈਵਲ ਏਜੰਟ ਇਹੋ ਜਿਹੇ ਆ ਜਿਹੜੇ ਲੋਕਾਂ ਦੇ ਵੀਜ਼ਾ ਲਵਾਉਣ ਦਾ ਕੰਮ ਹੀ ਨਹੀਂ ਕਰਦੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਹੀ ਨਹੀਂ ਕਰਦੇ ਉਹ ਸਿਰਫ ਟਿਕਟਿੰਗ ਕਰਦੇ ਉਹਨਾਂ ਕੋਲ ਲੋਕੀ ਆਉਂਦੇ ਆ ਜੀ ਫਲਾਨੀ 에ਅਰਲਾਈਨ ਦੀ ਫਲਾਨੀ ਟਿਕਟ ਕਰਾ ਦਿਓ ਜਾਂ ਉਹ ਵੱਡੀਆਂ-ਵੱਡੀਆਂ ਕੰਪਨੀਆਂ ਦੇ ਟੂਰ ਅਰੇਂਜ ਕਰਦੇ ਆ ਸ਼ਿਪ ਤੇ ਜਾਣਾ ਫਰਾਂਸ ਦੇ ਟੂਰ ਤੇ 6-7 ਦਿਨਾਂ ਲਈ ਜਾਣਾ ਉਹਨਾਂ ਦਾ ਆ ਵੀਜ਼ਾ ਲਵਾਉਣ ਤੇ ਵਿਦੇਸ਼ਾਂ ਦੀ ਮਨੁੱਖੀ ਤਸਕਰੀ ਹੋ ਰਹੀ ਹੈ ਮਨੁੱਖੀ ਤਸਕਰੀ ਇਕੱਲੀ ਨਹੀਂ ਇੱਕ ਮਾਈਗ੍ਰੇਸ਼ਨ ਹੋ ਰਹੀ ਹੈ ਇਹਨੂੰ ਜਿਹੜਾ ਇੱਥੋਂ ਉੱਥੋਂ ਤੱਕ ਹੋ ਰਿਹਾ ਵਾ ਇਹਦੇ ਵਾਸਤੇ ਜਿਹੜੇ ਟ੍ਰੈਵਲ ਏਜੰਟ ਕਰਦੇ ਉਹਨਾਂ ਤੇ ਛਾਪੇ ਮਾਰਨੇ ਹੋਰ ਗੱਲ ਹੈ ਪਰ ਜਿਹੜੇ ਸਿਰਫ ਟਿਕਟਿੰਗ ਦਾ ਕੰਮ ਕਰਦੇ ਆ ਛਾਪੇ ਉਹਨਾਂ ਤੇ ਵੀ ਵੱਜ ਗਏ ਉਹਨਾਂ ਨੂੰ ਸੱਦ ਕੇ ਦਫਤਰਾਂ ਵਿੱਚ ਵੀ ਆਖਿਆ ਗਿਆ ਕੁਝ ਲੋਕਾਂ ਨੂੰ ਉਹ ਕਹਿੰਦੇ ਸੀ ਸਾਡਾ ਕੀ ਕਸੂਰ ਸਾਨੂੰ ਵੀ ਆਖਿਆ ਜਾ ਰਿਹਾ ਹਰ ਕੋਈ ਟ੍ਰੈਵਲ ਏਜੰਟ ਮੀਨ ਟ੍ਰੈਵਲ ਏਜੰਟ ਹੀ ਹੋ ਗਿਆ ਟ੍ਰੈਵਲ ਏਜੰਟ ਮੀਨ ਠੱਗ ਹੀ ਹੋ ਗਿਆ ਹਰ ਟ੍ਰੈਵਲ ਏਜੰਟ ਠੱਗ ਨਹੀਂ ਤੇ ਹਰ ਟ੍ਰੈਵਲ ਏਜੰਟ ਇਮਾਨਦਾਰ ਨਹੀਂ ਇਹਨਾਂ 'ਚੋਂ ਛਾਣਾ ਲਾਉਣ ਦੀ ਲੋੜ ਆ ਜਿਹੜੇ ਜਿਹੜੇ ਅੱਗੇ 5200 ਰੁਪਏ ਦੀ ਫੀਸ ਦੇ ਬਜਾਏ ਬਹੁਤ ਜਿਆਦਾ ਹਰ ਵੀ ਲੋਕਾਂ ਤੋਂ ਲਈ ਜਾਂਦੇ ਨੇ ਟਿਕਟਾਂ ਦੇ ਮਾਮਲੇ ਵਿੱਚ ਵੀ ਜਿਹੜੀ ਟਿਕਟ 50000 ਦੀ ਆਉਂਦੀ ਹੋਵੇ ਉਹ 80 ਦੀ ਵੀ ਲੈ ਰਿਆ ਹੁਣ ਇਹਦੇ ਵਿੱਚ ਸਮੱਸਿਆ ਹੁੰਦੀ ਆ ਕਿ ਕਈ ਵਾਰੀ ਰਸ਼ ਦੇ ਵਿੱਚ ਟਿਕਟਾਂ ਫਰਿਕਰ ਟ੍ਰਾਂਟੋ ਦੀ ਜਮਾਂਕੌਰ ਦੀ ਹੋਵੇ ਉਹ 120000 140000 ਤੱਕ ਵੀ ਚੱਲ ਜਾਂਦੀਆਂ ਪਰ ਕਦੇ ਜਦੋਂ ਰਸ਼ ਨਹੀਂ ਹੁੰਦਾ ਉਹ ਹੀ ਟਿਕਟਾਂ 80 ਤੋਂ ਥੱਲੇ ਵੀ ਆ ਜਾਂਦੀਆਂ ਨੇ ਇਹ ਫਿਰ ਕੀ ਕਰਦੇ ਆ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਜਨਾ ਮਰਜੀ ਲਈ ਜਾਂਦੇ ਆ ਇਹ ਲੱਗੀ ਫੱਬੀ ਦਾ ਦਾਗ ਖਤਮ ਹੋਣਾ ਚਾਹੀਦਾ ਖਾਸ ਤੌਰ ਤੇ ਉਦੋਂ ਜਦੋਂ ਹੁਣ ਹਾਈ ਕਮਿਸ਼ਨ ਨੇ ਵੀ ਦਖਲ ਦਿੱਤਾ ਕਿ ਪੰਜਾਬੀਆਂ ਨੂੰ ਲੁੱਟਿਆ ਜਾ ਰਿਹਾ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਔਰ ਇਸੇ ਤਰ੍ਹਾਂ ਦੀਆਂ ਐਡ ਆਪ ਵੀ ਜਾਰੀ ਕਰਕੇ ਆਪਣੇ ਮਹਿਕਮਿਆਂ ਦੇ ਰੇਸ਼ਕੰਜਾ ਕਸਣਾ ਚਾਹੀਦਾ ਸੁਪਨੂ ਸਾਹਿਬ ਅਗਲੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਪਾਰਟੀ ਹੈ ਸ਼ਿਵ ਸੈਨਾ ਤੇ ਉਹਦੇ ਬਠਾਕਰੇ ਉਹਨਾਂ ਦੇ ਪ੍ਰਧਾਨ ਨੇ ਉਹ ਕਹਿੰਦੇ ਸਰਕਾਰ ਬਣ ਗਈ ਹੁਣ ਕਾਨੂੰਨ ਕਾਨੂੰਨ ਬਣਾਓ ਤੇ ਰਾਮ ਮੰਦਰ ਦੇ ਨਿਰਮਾਣ ਦੀ ਉਹ ਸਾਰੀ ਸ਼ੁਰੂ ਕਰੋ ਕਿਵੇਂ ਦੇਖਦੇ ਹੋ ਜੀ ਦੇਖੋ ਸ਼ਿਵ ਸੇਨਾ ਵਾਲੇ ਪਹਿਲਾਂ ਤੋਂ ਵੀ ਭਾਜਪਾ ਨਣੋ ਥੋੜੇ ਜਿ ਦੇ ਤਿੱਖੇ ਹਿੰਦੂ ਤਵੀ ਗਨੇ ਜਾਂਦੇ ਜੀ ਜਦੋਂ ਬਾਬਰੀ ਮਸਜਿਦ ਢਾਈ ਗਈ ਭੀੜ ਤਾਂ ਉੱਥੇ ਇਕੱਠੀ ਕੀਤੀ ਸੀ ਭਾਜਪਾ ਨੇ ਵਿਸ਼ਵਿੰਦੂ ਪ੍ਰੇਸ਼ਦ ਨੇ ਬਜਰੰਗ ਦਲ ਨੇ ਤੇ ਸਾਰਿਆਂ ਦੇ ਪਿੱਛੇ ਖੜੇ ਆਰਐਸਐਸ ਨੇ ਤਕਰੀਰਾਂ ਕੀਤੀਆਂ ਸਨ ਉੱਥੇ ਤਕਰੀਰਾਂ ਕਰਨ ਵਾਲੇ ਚਾਗੇ ਸੀ ਲਾਲ ਕਿਸ਼ਨ ਅਡਵਾਨੀ ਮੁਰਲੀ ਮਨੋਲ ਜੋਸ਼ੀ ਵਿਨੇ ਕਟਿਆਰ ਉਮਾ ਭਾਰਤੀ ਜੀ ਸਾਧਵੀਰ ਤੰਬਰਾ ਇਹ ਲੋਕ ਸਨ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਚ ਉਹ ਮੁੱਖ ਮੰਤਰੀ ਸੀ ਭਾਜਪਾ ਦਾ ਕਲਿਆਣ ਸਿੰਘ ਇਹਨਾਂ ਨੂੰ ਚਾਬੀ ਲਾ ਕੇ ਤੇ ਆਪ ਦਿੱਲੀ ਮੋੜਾਇਆ ਸੀ ਹਟਲ ਵਿਹਾਰੀ ਬਾਜਪਈ ਉਹ ਸਭ ਕੁਝ ਇਹਨਾਂ ਕੀਤਾ ਸੀ ਪਰ ਜਦੋਂ ਬਾਬਰੀ ਮਸਜਿਦ ਢੱਟ ਗਈ ਤੇ ਭਾਜਪਾ ਆਰਐਸਐਸ ਇਹਨਾਂ ਚ ਕੋਈ ਵੀ ਆਪਣੇ ਸਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਉਦੋਂ ਸ਼ਿਵ ਸੈਨਾ ਦਾ ਮੁਖੀ ਬਾਲ ਠਾਕਰੇ ਹੁੰਦਾ ਸੀ ਹੁਣ ਤਾਂ ਉਹ ਦੁਨੀਆ ਤੇ ਨਹੀਂ ਤੇ ਬਾਲ ਠਾਕਰੇ ਨੇ ਆਖਿਆ ਸੀ ਇਹ ਭਾਜਪਾ ਵਾਲੇ ਐਵੇਂ ਭੱਜਦੇ ਆ ਤੇ ਭੱਜਦੇ ਇਸ ਕਰਕੇ ਆ ਕਿ ਬਾਬਰੀ ਮਸਜਿਦ ਦੇ ਨਾਲ ਢਾਈ ਨਹੀਂ ਉਹਤੇ ਮੇਰੇ ਘਰ ਸੇ ਗਏ ਸੀ ਇੱਥੋਂ ਸ਼ਿਵ ਸੈਨਿਕ ਗਏ ਸੀ ਉਹਨਾਂ ਨੇ ਜਾ ਕੇ ਟਾਈ ਤੇ ਚੁੱਪ ਕਰ ਗਏ ਅੱਜ ਵੀ ਜਦੋਂ ਵਿਸ਼ਵ ਬਿੰਦੂ ਪ੍ਰੇਸ਼ਿਤ ਭਾਜਪਾ ਵੱਲ ਵੇਖਦੀ ਹੈ ਬਜਰੰਗ ਦਲ ਭਾਜਪਾ ਵੱਲ ਵੇਖਦਾ ਆਰਐਸਐਸ ਵਾਲੇ ਭਾਜਪਾ ਵੱਲ ਵੇਖਦੇ ਆ ਸ਼ਿਵ ਸੈਨਾ ਪਾਸੇ ਤੋਂ ਤਿੱਖੀ ਚਾਬੀ ਲਾਉਣ ਵਾਸਤੇ ਉਹਨਾਂ ਦਾ ਮੁਖੀ ਉਦਵ ਠਾਕਰੇ ਆਪ ਅਯੁੱਧਿਆ ਗਿਆ ਆਪਣੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਲੈ ਕੇ ਆਖਿਆ ਇਹ ਕਿ ਪਾਰਲੀਮੈਂਟ ਜਾਣ ਤੋਂ ਪਹਿਲਾਂ ਅਸੀਂ ਉੱਥੇ ਮੱਥਾ ਟੇਕਣਾ ਪੂਜਾ ਕਰਨੇ ਉੱਥੋਂ ਜਾ ਕੇ ਉਹਨੇ ਭਾਜਪਾ ਨੂੰ ਕਹਿ ਦਿੱਤਾ ਕਿ ਹੁਣ ਤਾਂ ਤੁਹਾਡੀਆਂ ਆਪਣੀਆਂ 303 ਸੀਟਾਂ ਨੇ ਪਾਰਲੀਮੈਂਟ ਦੇ ਵਿੱਚ ਬਹੁਤ ਤਗੜੀ ਬਹੁ ਗਿਣਤੀ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਤੁਸੀਂ ਉੱਥੇ ਇਹ ਬਿੱਲ ਪਾਸ ਕਰ ਦਿਓ ਕਾਨੂੰਨ ਬਣਾ ਕੇ ਤੇ ਇਹ ਮੰਦਿਰ ਬਣਾ ਦਿਓ ਜਿਹੜਾ ਮਸਲਾ ਇੰਨੇ ਸਾਲਾਂ ਤੋਂ ਸੁਪਰੀਮ ਕੋਰਟ ਵਿੱਚ ਹੈ ਔਰ ਸੁਪਰੀਮ ਕੋਰਟ ਤੋਂ ਪਿਛਲੀ ਭਾਜਪਾ ਸਰਕਾਰ ਮੋਦੀ ਸਾਹਿਬ ਬਣੀ ਹੁਣ ਵੀ ਤਾਂ ਮੋਦੀ ਸਾਹਿਬ ਦੀ ਹੈ ਇਹ ਬੜੀ ਕਾਲੀ ਚ ਫੈਸਲਾ ਕਰਾਉਣਾ ਚਾਹੁੰਦੇ ਆ ਸੁਪਰੀਮ ਕੋਰਟ ਨੇ ਨਹੀਂ ਸੀ ਕੀਤਾ ਉਹਨਾਂ ਨੇ ਤਿੰਨ ਬੰਦਿਆਂ ਦੀ ਡਿਊਟੀ ਲਾਤੀ ਸੀ। ਔਰ ਉਹਨਾਂ ਤਿੰਨਨ ਆਖਿਆ ਸੀ ਤੁਸੀਂ ਕਿਸੇ ਤਰੀਕੇ ਨਿਬੇੜੋ। ਉਹ ਸਾਲਸੀ ਕਰਦੇ ਪਏ ਆ। ਇੱਕ ਵਾਰੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਆਖਿਆ ਕਿ ਠੀਕ ਡਾਇਰੈਕਸ਼ਨ ਤੇ ਜਾ ਰਿਹਾ ਕੰਮ। 15 ਅਗਸਤ ਤੱਕ ਨਿਬੜ ਜਾਣ ਦੀ ਆਸ ਹੈ। ਹੁਣ ਜਦੋਂ 15 ਜੂਨ ਵੀ ਲੰਘ ਗਈ ਐ ਤੇ 15 ਜੁਲਾਈ ਤੇ 15 ਅਗਸਤ ਵਿੱਚ ਕਿੰਨਾ ਕੁ ਸਮਾਂ ਰਹਿ ਗਿਆ? ਮਹੀਨੇ ਤਾਂ ਹੁਣ ਦੋ ਵੀ ਨਹੀਂ। ਉਹਨੇ ਚ ਤੱਕ ਓਡੀਕਾ ਕੁ ਨਹੀਂ ਜਾ ਸਕਦਾ। ਇਨੀ ਕਾਲੀ ਕਿਉਂ ਕੀਤੀ ਜਾ ਰਹੀ ਐ? ਸ਼ਿਵ ਸੈਨਾ ਵਾਲੇ ਅਸਲ ਵਿੱਚ ਚਾਹੁੰਦੇ ਆ ਕਿ ਭਾਜਪਾ ਕਾੜੀ ਕਰੇ ਨਾ ਕਰੇ ਅਸੀਂ ਭਾਵੇਂ 1825 ਕੀ ਬੰਦੇ ਨਥੇ ਅਸੀਂ ਸਾਰੇ ਦੇਸ਼ ਨੂੰ ਕਹਿ ਦਈਏ ਕਿ ਅਸੀਂ ਇਹਨਾਂ ਤੋਂ ਅੱਗੇ ਚੱਲਣ ਵਾਲੇ ਆ ਇਹ ਤੇ ਕੱਖ ਨਹੀਂ ਜੇਕਰ ਤੇ ਅਸੀਂ ਹੋ ਗਏ ਤੇ ਅਸੀਂ ਉਹਨੂੰ ਕਰ ਦਿੰਦੇ ਉਹੜਾ ਪਾਸੇ ਤੋਂ ਲਲਕਾਰਾ ਮਾਰ ਕੇ ਕਤਲ ਕਰਾਉਣ ਵਾਲੇ ਹੁੰਦੇ ਆ ਨਾ ਜਿਸ ਤਰ੍ਹਾਂ ਉਸੇ ਤਰ੍ਹਾਂ ਹੀ ਬਾਬਰੀ ਮਸਜਿਦ ਟਾਉਣ ਲੱਗਿਆ ਵੀ ਭਾਜਪਾ ਵਾਲੇ ਆਪਣੀ ਥਾਂ ਸਨ ਔਰ ਤਿਆਰੀ ਪੂਰੀ ਕਰਕੇ ਗਏ ਸਨ ਤੇ ਨਾ ਟੋਣੀ ਸੀ ਟਾ ਦਿੱਤੀ ਕੁਝ ਹੋਰ ਸਨ ਜਿਹੜੇ ਨਾ ਤਿੱਖੇ ਸਨ ਇਹ ਕੰਮ ਕਈ ਵਾਰੀ ਭਾਰਤ ਦੀ ਰਾਜਨੀਤੀ 'ਚ ਅੱਗੇ ਵੀ ਹੋ ਚੁੱਕਾ ਹੁਣ ਵੀ ਹੁੰਦਾ ਪਿਆ ਹੁਣ ਭਾਜਪਾ ਦੀ ਲੜਾਈ ਉੱਥੇ ਇਕੱਲੀ ਇਹਨਾਂ ਨਾਲ ਨਹੀਂ ਉਹਨਾਂ ਦੀ ਲੜਾਈ ਆਪਣੇ ਸਟੇਟ ਵਿੱਚ ਸੌਰੀ ਸ਼ਿਵ ਸੇਨਾ ਦੀ ਲੜਾਈ ਉੱਥੇ ਆਪਣੇ ਸਟੇਟ 'ਚ ਮਹਾਰਾਸ਼ਟਰ 'ਚ ਕਈਆਂ ਹੋਰਾਂ ਤਰ੍ਹਾਂ ਦੇ ਨਾਲ ਵੀ ਆ ਜਿਨ੍ਹਾਂ ਨੂੰ ਉਹ ਇਹ ਦੱਸਣਾ ਚਾਹੁੰਦੇ ਆ ਕਿ ਹਿੰਦੂ ਤਵ ਦਾ ਜਿੰਨਾ ਫਿਕਰ ਸਾਨੂੰ ਉਹਨਾਂ ਕਿਸੇ ਨੂੰ ਨਹੀਂ ਇੱਧਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਉੱਤੇ ਕੱਲ ਦਾ ਦੂਸਰੇ ਪਾਸਿਓਂ ਦਬਾਅ ਵਧ ਗਿਆ ਕਿ ਮੋਨ ਭਾਗਵਤ ਆਰਐਸਐਸ ਦੇ ਮੁਖੀ ਨੇ ਇਹ ਵੇਖ ਕੇ ਕਿ ਸ਼ਿਵਸena ਤਿੱਖੀ ਬਗੀ ਹੈ ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਹੁਣ ਤਾਂ ਮੰਦਿਰ ਬਣਾਉਣ ਦਾ ਮੌਕਾ ਆ ਹੀ ਗਿਆ ਹੁਣ ਤਾਂ ਬਣ ਹੀ ਜਾਣਾ ਹੁਣ ਤਾਂ ਛੇਤੀ ਬਣੇਗਾ ਜਦੋਂ ਉਹਨਾਂ ਦੋ ਤਿੰਨ ਵਾਰ ਕਹਿਤਾ ਬਣ ਹੀ ਜਾਣਾ ਉਹ ਛੇਤੀ ਬਣੇਗਾ ਵਕਤ ਆ ਹੀ ਗਿਆ ਔਰ ਉਦੋਂ ਕਿਹਾ ਜਦੋਂ ਸ਼ਿਵਸena ਸੁਰ ਕੱਢੀ ਹੈ ਉਹਦੇ ਦੋ ਬਾਅਦ ਇਹ ਸਮਝਣਾ ਚਾਹੀਦਾ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਅਜੇ ਤਾਂ ਦੋ ਦਿਨ ਤੇ ਸੌਂ ਚੁੱਕਣ ਤੇ ਲੱਗਣੇ ਹੌਲੀ ਹੌਲੀ ਜਦੋਂ ਇਹ ਪਾਰਲੀਮੈਂਟ ਆਪਣੇ ਕੰਮ ਦੇ ਵਿੱਚ ਰਵਾਨਗੀ ਫੜੇਗੀ ਉਸ ਰਵਾਨਗੀ ਫੜ ਲੱਗ ਗਿਆ ਹੋਰ ਕੁਝ ਹੋਵੇ ਨਾ ਹੋਵੇ 3 ਲੱਖ ਦਾ ਏਜੰਡਾ ਜਿਹੜਾ ਬਿੱਲ ਹੈ ਤੇ ਇਹ ਜਿਹੜਾ ਰਾਮ ਮੰਦਰ ਵਾਲਾ ਮੁੱਦਾ ਇਹ ਪਹਿਲੇ ਮੁੱਦਿਆਂ ਵਿੱਚ ਵੀ ਸ਼ਾਮਲ ਹੋ ਸਕਦੇ ਮੈਂ ਇਹਨਾਂ ਕਹਿੰਦਾ ਵੀ ਜ਼ਰੂਰ ਹੀ ਹੋਣਗੇ ਪਰ ਹੋ ਸਕਦੇ ਆ ਪੰਨੂ ਸਾਹਿਬ ਸਮਾਪਤ ਹੈ ਤਾਂ ਇਹ ਸਮਾਗਮ ਕੱਢਿਆ ਤੁਹਾਡਾ ਧੰਨਵਾਦ ਔਰ ਤੁਹਾਡਾ ਸਭ ਤੋਂ ਜ਼ਿਆਦਾ ਧੰਨਵਾਦ ਤੁਸੀਂ ਸਾਡਾ ਸਾਥ ਦਿੱਤਾ ਮੈਨੂੰ ਜਸਵਿੰਦਰ ਬਿੱਟਣ ਦੀ ਇਜਾਜ਼ਤ ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮੇਰੀ ਸ਼ੀਆ ਟੀਵੀ